ਸਤਿ ਸ਼੍ਰੀ ਅਕਾਲ ਦੋਸਤੋ, ਨਵੇਂ ਤੋਂ ਸਵਾਗਤ ਕਰਦਾ ਤੁਹਾਡਾ ਲੁਧਿਆਣਾ ਲਾਈਵ ਦੇ ਉੱਤੇ। ਗੱਲ ਕਰਾਂਗੇ ਲੁਧਿਆਣਾ ਦੀ। ਲੁਧਿਆਣਾ ਦੇ ਵਿੱਚ ਈਡੀ ਨੇ ਅੱਜ ਵੱਖ ਵੱਖ ਥਾਵਾਂ ਦੇ ਪੰਜਾਬ ਦੇ ਵਿੱਚ ਦਬੀ ਦਿੱਤੀ ਹੈ। ਲੁਧਿਆਣਾ 'ਚ ਮੌਜੂਦ ਹੈ। ਲੁਧਿਆਣਾ ਦੇ ਚੰਡੀਗੜ੍ਹ ਰੋਡ ਤੇ ਹੈਮਟਨ ਹੋਮ ਦੇ ਬਾਹਰ ਤਸਵੀਰਾਂ ਨੇ, ਜਿੱਥੇ ਜਿਹੜੇ ਰਾਜ ਸਭਾ ਮੈਂਬਰ ਨੇ ਸਾਂਸਦ ਸੰਜੀਵ ਅਰੋੜਾ, ਉਹਨਾਂ ਦੇ ਦਫ਼ਤਰ ਦੇ ਵਿੱਚ ਰੇਡ ਕੀਤੀ ਗਈ ਈਡੀ ਵੱਲੋਂ। ਇਸ ਦੇ ਨਾਲ ਨਾਲ ਜਿਹੜੇ ਪੂਰਵ ਕੈਬਨਿਟ ਮਿਨਿਸਟਰ ਆ ਭਾਰਤ ਭੂਸ਼ਣ ਆਸ਼ੂ, ਉਹਨਾਂ ਦੇ ਕਰੀਬੀ ਹਿਮਨ ਸੂਦ, ਜਿਸ ਦੇ ਘਰ ਵੀ ਅੱਜ ਸਵੇਰੇ ਈਡੀ ਨੇ ਦਬੀ ਦਿੱਤੀ ਹੈ। ਹਾਲਾਂਕਿ ਜਿਹੜੇ ਸਿਕਿਉਰਿਟੀ ਗਾਰਡ ਆ ਉਹਨਾਂ ਵੱਲੋਂ ਮੀਡੀਆ ਨੂੰ ਦੂਰ ਰੱਖਿਆ ਜਾ ਰਿਹਾ, ਮੀਡੀਆ ਨੂੰ ਅੰਦਰ ਜਾਣ ਦੀ ਇਜਾਜ਼ਤ ਨਹੀਂ ਹੈਗੀ। ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾਵਾਂਗਾ, ਜਿਹੜਾ 7th ਅਪਾਰਟਮੈਂਟ ਆ ਉਹਦੇ ਵਿੱਚ 15th ਫਲੋਰ ਦੇ ਉੱਤੇ ਸਾਂਸਦ ਸੰਜੀਵ ਅਰੋੜਾ ਦਾ ਆਫਿਸ ਹੈ, ਜਿੱਥੇ ਈਡੀ ਦੇ ਅਧਿਕਾਰੀ ਬੈਠੇ ਨੇ, ਕਾਗਜ਼ਾਂ ਨੂੰ ਖੰਗਾਲਿਆ ਜਾ ਰਿਹਾ। ਸੂਤਰਾਂ ਦੇ ਮੁਤਾਬਕ ਜਿਹੜੀ ਜਾਣਕਾਰੀ ਉਹ ਨਿਕਲ ਕੇ ਸਾਹਮਣੇ ਆਈ ਹੈ, ਜਿਹੜਾ ਕਥਿਤ ਟੈਂਡਰ ਘੁਟਾਲਾ ਸੀ ਉਹਦੇ ਵਿੱਚ ਕਿਤੇ ਨਾ ਕਿਤੇ ਦੋਨਾਂ ਦੇ ਤਾਰ ਜੁੜਦੇ ਹੋਏ ਨਜ਼ਰ ਆ ਰਹੇ ਨੇ। ਇਸ ਤੋਂ ਇਲਾਵਾ ਹੋਰ ਵੀ ਪੰਜਾਬ ਦੇ ਵੱਖ ਵੱਖ ਥਾਵਾਂ ਦੇ ਉੱਤੇ ਈਡੀ ਵੱਲੋਂ ਰੇਡ ਦਿੱਤੀ ਗਈ ਹੈ। ਪਰ ਜਿਹੜੀ ਇਹ ਰੇਡ ਕਦੋਂ ਖਤਮ ਹੋਏਗੀ, ਕੀ ਇਸ ਦੇ ਵਿੱਚ ਨਿਕਲ ਕੇ ਸਾਹਮਣੇ ਆਊਗਾ, ਇਹ ਆਉਣ ਵਾਲਾ ਸਮਾਂ ਹੀ ਦੱਸੂਗਾ। ਪਰ ਹਾਲ ਦੀ ਫਿਲਹਾਲ ਰੇਡ ਜਾਰੀ ਹੈ ਤੇ ਮੀਡੀਆ ਨੂੰ ਇਸ ਤੋਂ ਦੂਰ ਰੱਖਿਆ ਜਾ ਰਿਹਾ। ਕੀ ਇਸ ਦੇ ਵਿੱਚ ਨਿਕਲ ਕੇ ਸਾਹਮਣੇ ਆਊਗਾ, ਆਉਣ ਵਾਲਾ ਸਮਾਂ ਦੱਸੂਗਾ। ਲੁਧਿਆਣਾ ਤੋਂ ਲੁਧਿਆਣਾ ਲਾਈਵ ਦੇ ਲਈ ਅਮਿਤ ਅਪਰੀ।